ਬਾਲ ਦੇਸ਼ ਦਾ ਵਿਸ਼ੇਸ਼ ਸਰਮਾਇਆ ਹਨ ਕਿਉਂਕਿ ਉਹਨਾਂ ਨੇ ਹੀ ਭਲਕੇ ਹਰ ਖੇਤਰ ਦੀ ਵਾਗ ਡੋਰ ਸੰਭਾਲਣੀ ਹੈ ਡੰਡੀ। ਇਸ ਕਰਕੇ ਉਹਨਾਂ ਦੇ ਭਵਿੱਖ ਨੂੰ ਸੰਭਾਵੀ ਰੋਗਾਂ ਤੋਂ ਮੁਕਤ ਕਰਨਾ ਹੋਰ ਵੀ ਵਧੇਰੇ ਜ਼ਰੂਰੀ ਹੈ ਡੰਡੀ। ਸਿਆਣਿਆਂ ਦਾ ਕਥਨ ਹੈ ਕਿ ਰੋਗ ਦੇ ਇਲਾਜ ਨਾਲੋਂ ਰੋਗ ਦੀ ਰੋਕ ਚੰਗੇਰੀ ਹੁੰਦੀ ਹੈ ਅਤੇ ਜਦੋਂ ਰੋਗ ਅਜਿਹਾ ਹੋਵੇ ਜਿਸ ਦੇ ਹੋਇਆਂ ਉਸ ਦਾ ਇਲਾਜ ਸੰਭਵ ਹੀ ਨਾ ਹੋਵੇ ਉਸ ਸੂਰਤ ਵਿੱਚ ਤਾਂ ਰੋਗ ਦੀ ਰੋਕ ਹੋਰ ਵੀ ਵਧੇਰੇ ਆਵਸ਼ਕ ਹੋ ਜਾਂਦੀ ਹੈ ਡੰਡੀ। ਪੋਲੀਓ ਇੱਕ ਅਜਿਹਾ ਹੀ ਰੋਗ ਹੈ ਜੋ ਇੱਕ ਵਾਰ ਹੋ ਜਾਵੇ ਤਾਂ ਬਾਲ ਨੂੰ ਉਮਰ ਭਰ ਲਈ ਅਪੰਗ ਬਣਾ ਦਿੰਦਾ ਹੈ ਡੰਡੀ। ਪੋਲੀਓ ਰੋਕੂ ਬੂੰਦਾਂ ਤਿਆਰ ਕੀਤੇ ਜਾਣ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਬਾਲ ਇਸ ਦਾ ਸ਼ਿਕਾਰ ਹੋ ਜਾਂਦੇ ਸਨ ਡੰਡੀ। ਹੁਣ ਇਹਨਾਂ ਬੂੰਦਾਂ ਦਾ ਹੀ ਸਿੱਟਾ ਹੈ ਕਿ ਇਹ ਬਿਮਾਰੀ ਦਿਨੋਂ ਦਿਨ ਘਟਦੀ ਜਾ ਰਹੀ ਹੈ ਡੰਡੀ। ਆਸ ਕੀਤੀ ਜਾਣੀ ਚਾਹੀਦੀ ਹੈ ਕਿ ਛੇਤੀ ਹੀ ਇਸ ਦਾ ਖਾਤਮਾ ਹੋ ਜਾਵੇਗਾ ਡੰਡੀ। ਇਹ ਕੋਈ ਔਖੀ ਗੱਲ ਵੀ ਨਹੀਂ ਕਿਉਂਕਿ ਜਿਸ ਉਤਸ਼ਾਹ ਨਾਲ ਡਾਕਟਰੀ ਅਮਲੇ ਵਲੰਟੀਅਰਾਂ ਸੂਚਨਾ ਮਾਧਿਅਮਾਂ ਅਤੇ ਆਮ ਲੋਕਾਂ ਵੱਲੋਂ ਇਸ ਮੁਹਿੰਮ ਵਿੱਚ ਹਿੱਸਾ ਪਾਇਆ ਜਾ ਰਿਹਾ ਹੈ ਉਹ ਅਜਿਹੀ ਆਸ ਲਈ ਆਧਾਰ ਦਿੰਦਾ ਹੈ ਡੰਡੀ। ਚੇਚਕ ਦੀ ਮਿਸਾਲ ਵੀ ਸਾਡੇ ਸਾਹਮਣੇ ਹੈ ਡੰਡੀ। ਇਹ ਬਿਮਾਰੀ ਵੀ ਆਪਣੇ ਬਹੁਤੇ ਮਰੀਜ਼ਾਂ ਦੇ ਸਰੀਰ ਖਾਸ ਕਰਕੇ ਚਿਹਰੇ ਉੱਤੇ ਪੱਕੀਆਂ ਪੈੜਾਂ ਛੱਡ ਜਾਂਦੀ ਸੀ ਡੰਡੀ। ਦਾਗਾਂ ਦੀ ਬਦਸੂਰਤੀ ਤੋਂ ਇਲਾਵਾ ਅੱਖਾਂ ਦਾ ਨਕਾਰਾ ਹੋ ਜਾਣਾ ਇੱਕ ਆਮ ਵਰਤਾਰਾ ਸੀ ਡੰਡੀ। ਦੈਵੀ ਸ਼ਕਤੀ ਸਮਝ ਕੇ ਜਿਸ ਬਿਮਾਰੀ ਅੱਗੇ ਬੇਵਸ ਲੋਕ ਲੇਲੜੀਆਂ ਕੱਢਦੇ ਰਹਿੰਦੇ ਸਨ ਉਹ ਸਮੇਂ ਸਿਰ ਡਾਕਟਰੀ ਇਲਾਜ ਨਾਲ ਖਤਮ ਕਰ ਦਿੱਤੀ ਗਈ ਹੈ ਡੰਡੀ। ਇਸ ਦੇ ਬਾਵਜੂਦ ਸਾਡੇ ਦੇਸ਼ ਵਿੱਚ ਅਨਪੜ੍ਹ ਅਤੇ ਇੱਥੋਂ ਤੱਕ ਕਿ ਬਹੁਤ ਸਾਰੇ ਪੜ੍ਹੇ ਲਿਖੇ ਲੋਕਾਂ ਨੂੰ ਵੀ ਡਾਕਟਰੀ ਵਿਗਿਆਨ ਦੀਆਂ ਉਪਲਬਧੀਆਂ ਦੀ ਪੂਰੀ ਜਾਣਕਾਰੀ ਨਹੀਂ ਡੰਡੀ। ਇਸ ਲਈ ਡਾਕਟਰੀ ਸਹੂਲਤਾਂ ਅਤੇ ਵਿਗਿਆਨਿਕ ਗਿਆਨ ਦੀ ਆਮ ਲੋਕਾਂ ਤੱਕ ਪਹੁੰਚ ਕਰਵਾਏ ਬਿਨਾਂ ਆਬਾਦੀ ਦਾ ਤੰਦਰੁਸਤ ਭਵਿੱਖ ਅਸੰਭਵ ਹੈ ਡੰਡੀ। ਇਸ ਤੋਂ ਇਲਾਵਾ ਮਹੱਤਵਪੂਰਨ ਗੱਲ ਇਹ ਹੈ ਕਿ ਪੋਲੀਓ ਵੈਕਸੀਨ ਦੀਆਂ ਬੂੰਦਾਂ ਦੇਣ ਲਈ ਪਲੱਸ ਪੋਲੀਓ ਪ੍ਰੋਗਰਾਮ ਦੀ ਸਫਲਤਾ ਨਾਲ ਹੀ ਸੰਤੁਸ਼ਟ ਨਹੀਂ ਹੋਣਾ ਚਾਹੀਦਾ ਸਗੋਂ ਇਸ ਨੂੰ ਇੱਕ ਮਿਸਾਲ ਬਣਾ ਕੇ ਦੂਜੇ ਰੋਗਾਂ ਸੰਬੰਧੀ ਵੀ ਅਜਿਹੀਆਂ ਹੀ ਰੋਗ ਰੋਕੂ ਮੁਹਿੰਮਾਂ ਸੱਚੇ ਦਿਲੋਂ ਪੂਰੀ ਸੁਹਿਰਦਤਾ ਨਾਲ ਵਿਆਪਕ ਰੂਪ ਵਿੱਚ ਚਲਾਈਆਂ ਜਾਣੀਆਂ ਚਾਹੀਦੀਆਂ ਹਨ ਡੰਡੀ। ਇਉਂ ਰੋਗ ਰੋਕੂ ਮੁਹਿੰਮਾਂ ਕੇਵਲ ਦਵਾਈਆਂ ਤੱਕ ਹੀ ਸੀਮਤ ਨਾ ਰੱਖ ਕੇ ਬਹੁਪੱਖੀ ਲੱਛਣ ਵਾਲੀਆਂ ਬਣਾਉਣੀਆਂ ਜ਼ਰੂਰੀ ਹਨ ਡੰਡੀ। ਅਜਿਹੀ ਵਿਆਪਕ ਪਹੁੰਚ ਨਾਲ ਹੀ ਦੇਸ਼ ਸਿਹਤ ਦੇ ਖੇਤਰ ਵਿੱਚ ਆਸਵੰਦ ਹੋ ਸਕਦਾ ਹੈ ਅਤੇ ਅੱਜ ਦੇ ਨੌਜਵਾਨ ਕੱਲ੍ਹ ਨੂੰ ਇੱਕ ਸਿਹਤਮੰਦ ਅਤੇ ਨਰੋਏ ਦੇਸ਼ ਦਾ ਸੁਨਹਿਰੀ ਭਵਿੱਖ ਸਿਰਜ ਸਕਦੇ ਹਨ। ਡੰਡੀ।